ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਹਾਂ ਸੁਮਨ ਪ੍ਰੀਤ ਕੌਰ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 25 ਦਸੰਬਰ 2021 ਦੇ ਇੰਪੋਰਟੈਂਟ ਕਰੰਟ ਅਫੇਅਰ ਦੇ ਕੁਐਸਚਨਸ ਹਰ ਇੱਕ ਕੁਐਸਚਨ ਦੇ ਨਾਲ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਦੇਖਣਾ ਹਾਂਜੀ ਡੇਲੀ 15 ਮਿੰਟ ਜ਼ਰੂਰ ਕਰੰਟ ਅਫੇਅਰ ਨੂੰ ਦਿਆ ਕਰੋ ਇਸ ਦੇ ਨਾਲ ਤੁਹਾਡੀ ਨੌਲੇਜ ਦੇ ਵਿੱਚ ਕੀ ਇਨਕਰੀਮੈਂਟ ਹੋਇਆ ਤੁਹਾਨੂੰ ਆਪਣੇ ਆਪ ਪਤਾ ਚੱਲੇਗਾ ਤੇ ਇਸ ਦੇ ਨਾਲ ਹੀ ਮੈਂ ਤੁਹਾਨੂੰ ਇਹ ਜ਼ਰੂਰ ਦੱਸਣਾ ਚਾਹਾਂਗੀ ਕਿ ਕਰੰਟ ਅਫੇਅਰ 1 ਜਨਵਰੀ 2022 ਤੋਂ ਦੂਸਰੇ ਚੈਨਲ ਤੇ ਅਪਲੋਡ ਕੀਤੀ ਜਾਵੇਗੀ ਜਿਸ ਦਾ ਨਾਮ ਹੈ ਹਾਈ ਲੈਵਲ ਸਟੱਡੀ ਵਿਦ ਸੁਮਨ ਤੁਸੀਂ ਸਾਰਿਆਂ ਨੇ ਉਸ ਚੈਨਲ ਨੂੰ ਵੀ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਬੈਲ ਤੇ ਔਨ ਕਰ ਲੈਣਾ ਹੈ ਤਾਂ ਜੋ ਅੱਗੇ ਆਉਣ ਵਾਲੀ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਨੂੰ ਮਿਲਦੀ ਰਹੇ ਜਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਵੀਡੀਓ ਨੂੰ ਸਟਾਰਟ ਕਰਦੇ ਹਾਂ ਜੇਕਰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕਵੈਸਚਨ ਨੰਬਰ 1 ਭਾਰਤੀ ਰਾਸ਼ਟਰੀ ਕਿਸਾਨ ਦਿਵਸ ਕਦੋਂ ਮਨਾਇਆ ਜਾਂਦਾ ਹੈ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਸੀ 23 ਦਸੰਬਰ ਨੂੰ ਹਰ ਸਾਲ 23 ਦਸੰਬਰ ਨੂੰ ਭਾਰਤੀ ਰਾਸ਼ਟਰੀ ਕਿਸਾਨ ਦਿਵਸ ਮਨਾਇਆ ਜਾਂਦਾ ਹੈ ਇਹ ਭਾਰਤ ਦੇ 5ਵੇਂ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੀ ਜਨਮ ਦਿਨ ਉੱਪਰ ਮਨਾਇਆ ਜਾਂਦਾ ਹੈ ਅਸਲ ਦੇ ਵਿੱਚ ਚੌਧਰੀ ਚਰਨਜੀਤ ਸਿੰਘ ਜੀ ਜਦੋਂ ਪ੍ਰਾਈਮ ਪ੍ਰਾਈਮ ਮਿਨਿਸਟਰ ਬਣੇ ਸੀ ਜਾਂ ਫਿਰ ਕਹ ਲੋ ਪ੍ਰਧਾਨ ਮੰਤਰੀ ਬਣੇ ਸੀ ਤਾਂ ਉਹਨਾਂ ਨੇ ਕਿਸਾਨਾਂ ਦੇ ਹਿੱਤਾਂ ਲਈ ਸਭ ਤੋਂ ਜ਼ਿਆਦਾ ਕੰਮ ਕੀਤਾ ਤੇ ਇਸ ਕਰਕੇ ਉਹਨਾਂ ਦੀ ਜਨਤੀ ਦੇ ਉੱਪਰ ਭਾਰਤੀ ਕਿਸਾਨ ਰਾਸ਼ਟਰੀ ਕਿਸਾਨ ਦਿਵਸ ਮਨਾਇਆ ਜਾਂਦਾ ਹੈ ਇਸ ਨੂੰ ਰਾਸ਼ਟਰੀ ਕਿਸਾਨ ਦਿਵਸ ਵੀ ਕਹਿ ਦਿੰਦੇ ਆ ਭਾਰਤੀ ਰਾਸ਼ਟਰੀ ਕਿਸਾਨ ਦਿਵਸ ਵੀ ਕਹਿ ਦਿੰਦੇ ਆ ਠੀਕ ਹੈ ਜੀ हां जी ਹੁਣ ਦਸੰਬਰ ਦਾ ਡੇ ਖਤਮ ਹੋਣ ਚੋਂ ਥੋੜੇ ਡੇ ਬਾਕੀ ਆ ਜਾਂ ਇੱਕ ਵੀਕ ਰਹਿ ਗਿਆ ਹੈ ਤਾਂ ਤੁਸੀਂ ਜਿੰਨੇ ਵੀ ਦਸੰਬਰ ਦੇ ਡੇ ਮੈਂ ਤੁਹਾਨੂੰ ਲਿਖਾਉਣੀ ਆ ਡੇਲੀ ਜਦੋਂ ਵੀ ਕਰੰਟ ਅਫੇਅਰ ਦੀ ਵੀਡੀਓ ਦੇਖਦੇ ਹੋ ਤਾਂ ਸਾਰੇ ਬਿਲਕੁਲ ਸੀਕੁਐਂਸ ਵਾਈਜ਼ ਲਿਖਦੇ ਆ ਕਰੋ ਠੀਕ ਹੈ ਜੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ ਜਿੰਨੇ ਡੇ ਅਸੀਂ ਦਸੰਬਰ ਦੇ ਹੁਣ ਤੱਕ ਕਰ ਚੁੱਕੇ ਹਾਂ ਕਿ ਕਿਹੜੇ ਡੇ ਕਿਹੜਾ ਦਿਨ ਮਨਾਇਆ ਜਾਂਦਾ ਹੈ ਹਾਂ ਜੀ ਨੈਕਸਟ ਕੁਐਸਚਨ ਹੈ ਜੀ ਲੀਡਰਸ਼ਿਪ ਪ੍ਰਤੀਬੱਧਤਾ 2021 ਲਈ ਸੰਯੁਕਤ ਰਾਸ਼ਟਰ ਮਹਿਲਾ ਪੁਰਸਕਾਰ ਕਿਸ ਨੇ ਜਿੱਤਿਆ ਹੈ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਬੀ ਦਿਵਿਆ ਹੈਂਗੜੇ ਦਿਵਿਆ ਹੈਂਗੜੇ ਨੇ ਲੀਡਰਸ਼ਿਪ ਪ੍ਰਤੀਬੱਧਤਾ 2021 ਦੇ ਲਈ ਸੰਯੁਕਤ ਰਾਸ਼ਟਰ ਮਹਿਲਾ ਪੁਰਸਕਾਰ ਜਿੱਤਿਆ ਹੈ ਇਹ ਕਰਨਾਟਕ ਦੇ ਉੜਪੀ ਦੀ ਆ ਠੀਕ ਹੈ ਕਿੱਥੋਂ ਦੀ ਰਹਿਣ ਵਾਲੀ ਆ ਕਰਨਾਟਕ ਦੇ ਉੜਪੀ ਨੈਕਸਟ ਕੁਐਸਚਨ ਵਿੱਤ ਮੰਤਰਾਲੇ ਦੀ ਰਿਪੋਰਟ ਦੇ ਅਨੁਸਾਰ ਐਡਵਾਂਸ ਟੈਕਸ ਕਲੈਕਸ਼ਨ ਕਿੰਨੀ ਪ੍ਰਤੀਸ਼ਤ ਵਧੀ ਹੈ ਹਾਂਜੀ ਵਿੱਤ ਮੰਤਰਾਲੇ ਦੀ ਰੀਪੋਰਟ ਦੇ ਅਨੁਸਾਰ ਐਡਵਾਂਸ ਟੈਕਸ ਕੈਲਕੂਲੇਸ਼ਨ 54% ਵਧੀ ਹੈ অপਸ਼ਨ ਨੰਬਰ ਸੀ ਇਸ ਆ ਰਾਈਟ ਆਨਸਰ ਹੁਣ ਦੇਖੋ ਐਡਵਾਂਸ ਟੈਕਸ ਕਲੈਕਸ਼ਨ ਤਾਂ ਇਹਦੇ ਵਿੱਚ ਕੀ ਆ ਦੇਖੋ ਜਦੋਂ ਪੂਰਾ ਸਾਲ ਜਦ ਕੰਪਲੀਟ ਹੋ ਜਾਂਦਾ ਤਾਂ ਉਸ ਟਾਈਮ ਟੈਕਸ ਦਿੰਨੇ ਆ ਸੀ ਠੀਕ ਹੈ ਜ ਜ ਆਪਣੀ ਇਨਕਮ ਤੇ ਡਿਪੈਂਡ ਹੁੰਦਾ ਇਹ ਪਰ ਵੱਡੇ ਟੈਕਸ ਵੀ ਹੁੰਦੇ ਆ ਕੁਝ ਤਾਂ ਉਹਨਾਂ ਦੇ ਉਹਨਾਂ ਤੋਂ ਜਿਹੜੇ ਵੱਡੇ ਟੈਕਸ ਹੁੰਦੇ ਆ ਉਹਨਾਂ ਤੋਂ ਅਡਵਾਂਸ ਦੇ ਵਿੱਚ ਟੈਕਸ ਲੈ ਲਿਆ ਜਾਂਦਾ ਵਾ ਹਰ ਤੇ ਮਾਹਿੱਤੀ ਠੀਕ ਹੈ ਤਾਂ ਹੁਣ ਅਸੀਂ ਗੱਲ ਕੀਤੀ ਹੈ ਦੇ ਵਿੱਚ ਵਿੱਤ ਮੰਤਰਾਲੇ ਦੀ ਤਾਂ ਸਾਡੇ ਵਿੱਤ ਮੰਤਰਾਲੇ ਦੇ ਮੰਤਰੀ ਕੌਣ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੈਕਸਟ ਕੁਐਸਚਨ ICC ਅੰਡਰ 19 ਕ੍ਰਿਕਟ ਵਿਸ਼ਵ ਕੱਪ 2022 ਦੀ ਮੇਜ਼ਬਾਨੀ ਕੌਣ ਕਰੇਗਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 3 ਬੈਸਟ ਇੰਡੀਜ਼ ਹਾਂਜੀ ਬੈਸਟ ਇੰਡੀਜ਼ ਅਨਡਰ ICC ਅੰਡਰ 19 ਵਿਸ਼ਵ ਕੱਪ 2022 ਦੀ ਮੇਜ਼ਬਾਨੀ ਕਰੇਗਾ ਹੁਣ ਦੇਖੋ ICC ਇਹਦੀ ਫੁੱਲ ਫਾਰਮ ਕੀ ਆ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਇਹਦੀ ਸਥਾਪਨਾ ਕਦੋਂ ਹੋਈ 1909 ਦੇ ਵਿੱਚ ਤੇ ਇਹਦਾ ਹੈੱਡ ਕੁਆਰਟਰ ਕਿੱਥੇ ਆ ਦੁਬਈ ਦੇ ਵਿੱਚ ਹੁਣ ਅਸੀਂ ਗੱਲ ਕਰ ਰਹੇ ਹਾਂ ICC ਦੀ ਤਾਂ ਮਹਿਲਾ ICC ਮਹਿਲਾ ਵਿਸ਼ਵ ਕੱਪ 2022 ਦਾ ਅਧਿਕਾਰਿਤ ਗੀਤ ਜਾਰੀ ਕੀਤਾ ਗਿਆ ਉਹਦਾ ਨਾਮ ਕੀ ਆ ਗਰਲ ਗੈਂਗ ਤੇ ਇੱਕ ICC ਪੁਰਸ਼ ਕ੍ਰਿਕਟ ਕਮੇਟੀ ਦੇ ਨਵੇਂ ਚੇਅਰਮੈਨ ਬਣੇ ਆ ਸੌਰਵ ਗਾਂਗੂਲੀ ਪੁਰਸ਼ ICC T20 ਵਿਸ਼ਵ ਕੱਪ 2021 ਕਿੱਥੇ ਹੋਇਆ UAE ਅਤੇ Oman ਦੇ ਵਿੱਚ ਹਾਂਜੀ ਪੁਰਸ਼ ICC ਪੁਰਸ਼ T20 ਵਿਸ਼ਵ ਕੱਪ 2022 ਆਸਟ੍ਰੇਲੀਆ ਦੇ ਵਿੱਚ ਹੋਵੇਗਾ ਇਹ ਵੀ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਕਿੱਥੇ ਉੜੀਸਾ ਦੇ ਸਭ ਤੋਂ ਲੰਬੇ ਪੌਲ ਦੀ ਹਾਂਜੀ ਉੜੀਸਾ ਦੇ ਸਭ ਤੋਂ ਲੰਬੇ ਪੁਲ ਜਿਹਦਾ ਨਾਮ ਹੈ ਟੀ ਸੇਤੂ ਦਾ ਉਦਘਾਟਨ ਕੀਤਾ ਗਿਆ ਹੈ ਹਾਂਜੀ ਉੜੀਸਾ ਦੇ ਸਭ ਤੋਂ ਲੰਬੇ ਪੁਲ ਟੀ ਸੇਤੂ ਦਾ ਉਦਘਾਟਨ ਕੀਤਾ ਗਿਆ ਉੜੀਸਾ ਦੇ ਕਟਕ ਦੇ ਵਿੱਚ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਹੁਣ ਇਹਦਾ ਨਾਮ ਟੀ ਸੇਤੂ ਹੀ ਕਿਉਂ ਰੱਖਿਆ ਗਿਆ ਕਿਉਂਕਿ ਇਹਦੇ ਜਿਹੜਾ ਸ਼ੇਪ ਆ ਜਾਂ ਫਿਰ ਇਹਦੀ ਬੰਤਰ ਆ ਅੰਗਰੇਜ਼ੀ ਦਾ ਅਲਫਾਬੇਟ ਹੁੰਦਾ ਵਾ ਟੀ ਠੀਕ ਹੈ ਟੀ ਅੰਗਰੇਜ਼ੀ ਦਾ ਅਲਫਾਬੇਟ ਤੇ ਇਹਦੇ ਵਰਗਾ ਵਾ ਇਸ ਕਰਕੇ ਇਸ ਦਾ ਨਾਮ ਟੀ ਸੇਤੂ ਰੱਖਿਆ ਗਿਆ ਵਾ ਤੇ ਇਸ ਨੂੰ ਬਣਾਉਣ ਦੇ ਲਈ ਇੱਕ 111 ਕਰੋੜ ਦੀ ਲਾਗਤ ਆਈ ਆ ਠੀਕ ਹੈ ਲਾਗਤ ਨਾਲ ਇਸ ਨੂੰ ਬਣਾਇਆ ਗਿਆ ਵਾ 111 ਕਰੋੜ ਦੀ ਲਾਗਤ ਦੇ ਨਾਲ ਤੇ ਹੁਣ ਦੇਖੋ ਇਹ ਹੈ ਉੜੀਸਾ ਦੇ ਵਿੱਚ ਤਾਂ ਉੜੀਸਾ ਦੇ ਚੀਫ ਮਿਨਿਸਟਰ ਨੇ ਇਸ ਦਾ ਉਦਘਾਟਨ ਕੀਤਾ ਇਹ ਵੀ ਤੁਸੀਂ ਯਾਦ ਰੱਖਣਾ ਉੜੀਸਾ ਦੇ ਚੀਫ ਮਿਨਿਸਟਰ ਕੌਣ ਨੇ ਨਵੀਨ ਪਟਨਾਇਕ ਆ ਤੇ ਉਹਨਾਂ ਨੇ ਇਹਦਾ ਉਦਘਾਟਨ ਕੀਤਾ ਹੁਣ ਅਸੀਂ ਗੱਲ ਕਰ ਰਹੇ ਹਾਂ ਉੜੀਸਾ ਦੀ ਤਾਂ ਉੜੀਸਾ ਦੀ ਕੈਪੀਟਲ ਕੀ ਆ ਜਿਹੜੇ ਵੀ ਸਟੂਡੈਂਟਸ ਨੂੰ ਪਤਾ ਵਾ ਤੁਹਾਨੂੰ 2 ਸੈਕਿੰਡ ਦਿੰਦੀ ਆ ਮੈਂ ਕਮੈਂਟ ਬਾਕਸ ਦੇ ਵਿੱਚ ਲਿਖਣ ਲਈ ਓਡੀਸਾ ਦੀ ਕੈਪੀਟਲ ਹੈਗੀ ਆ ਜੀ ਭੁਵਨੇਸ਼ਵਰ ਇੱਥੋਂ ਦੇ ਚੀਫ ਮਿਨਿਸਟਰ ਆ ਨਵੀਨ ਪਟਨਾਇਕ ਤੇ ਇੱਥੋਂ ਦੇ ਗਵਰਨਰ ਆ ਗਣੇਸ਼ੀਲਾ ਆ ਦਾ ਪ੍ਰਬੰਧਨ ਨੂੰ ਪ੍ਰਮੁੱਖ ਵਿਸ਼ਾ ਬਣਾਇਆ ਓਡੀਸਾ ਨੇ ਸਵਚਵਿੰਦੂ ਸਾਗਰ ਪਹਿਲ ਉੜੀਸਾ ਦੇ ਵਿੱਚ ਸ਼ੁਰੂ ਹੋਈ ਗਰੀਮਾ ਨਾਮ ਦੀ ਨਮੀ ਯੋਜਨਾ ਉੜੀਸਾ ਦੇ ਵਿੱਚ ਸ਼ੁਰੂ ਹੋਈ ਸੋਨਾਵੈਂਡਾ ਵਾਈਲਡਲਾਈਫ ਸੈਂਚਰੀ ਆ ਉੜੀਸਾ ਦੇ ਵਿੱਚ ਕੋਠਾਗਨ ਵਾਈਲਡਲਾਈਫ ਸੈਂਚਰੀ ਆ ਉੜੀਸਾ ਦੇ ਵਿੱਚ ਨਾਲਵਨ ਵਾਈਲਡਲਾਈਫ ਸੈਂਚਰੀ ਆ ਉੜੀਸਾ ਦੇ ਵਿੱਚ ਦੇਵਰੀਗਨ ਵਾਈਲਡਲਾਈਫ ਸੈਂਚਰੀ ਆ ਉੜੀਸਾ ਦੇ ਵਿੱਚ ਚਿਲਕਾ ਝੀਲ ਵੀ ਉੜੀਸਾ ਦੇ ਵਿੱਚ ਹੈ ਭਾਰਤ ਦੀ ਸਭ ਤੋਂ ਵੱਡੀ ਖਾਰੇ ਪਾਣੀ ਦੀ ਝੀਲ ਆ ਡਰਿੰਕ ਫਾਰ ਟੈਪ ਹੋਈ ਨਾ ਓਡੀਸਾ ਦੇ ਵਿੱਚ ਚੱਲ ਰਹੀ ਹੈ ਅਰਬਨ ਗਵਰਨਰ ਇੰਡੈਕਸ ਦੇ ਵਿੱਚ ਓਡੀਸਾ ਟੌਪ ਤੇ ਆ। ਰੱਜਪਰਬ ਅਤੇ ਚਾਤਰਾਤ ਯਾਤਰਾ ਉਤਸਵ ਓਡੀਸਾ ਦੇ ਵਿੱਚ ਮਨਾਇਆ ਜਾਂਦਾ ਚਰਤਰ ਯਾਤਰਾ ਉਤਸਵ ਠੀਕ ਹੈ। ਅਰਸ਼ਿਕੁਲੀਆ ਬੀਚ ਅਤੇ ਗੋਲਡਨ ਬੀਚ ਇਹ ਵੀ ਓਡੀਸਾ ਦੇ ਵਿੱਚ ਆ। ਇਹਨਾਂ ਤੁਸੀਂ ਯਾਦ ਰੱਖਣਾ ਓਡੀਸਾ ਦੇ ਬਾਰੇ। ਨੈਕਸਟ ਕੁਐਸਚਨ ਜੂਨੀਕਰੋਨ ਯੂਨੀਕੋਰਨ ਕੰਪਨੀਆਂ ਦੇ ਮਾਮਲੇ ਵਿੱਚ ਕਿਹੜਾ ਦੇਸ਼ ਸਭ ਤੋਂ ਉੱਪਰ ਹੈ? हां जी ਸਭ ਤੋਂ ਪਹਿਲਾਂ ਤਾਂ ਦੇਖੋ ਯੂਨੀਕੌਰਨ ਕੰਪਨੀ ਆ ਇਹ ਕਿਹੜੀਆਂ ਹੁੰਦੀਆਂ ਵਾ ਜੇ ਇਸ ਤਰ੍ਹਾਂ ਦੀਆਂ ਕੰਪਨੀਆਂ ਹੁੰਦੀਆਂ ਵਾ ਜਿਨ੍ਹਾਂ ਦਾ ਬਲੂ ਏਸ਼ੀਅਨ 1 ਅਰਬ ਤੋਂ ਜ਼ਿਆਦਾ ਹੁੰਦਾ ਹੈ ਤਾਂ ਉਹਨਾਂ ਨੂੰ ਯੂਨੀਕੌਰਨ ਕੰਪਨੀਆਂ ਕਿਹਾ ਜਾਂਦਾ ਵਾ ਇਹਦੇ ਵਿੱਚ ਯੂਐਸਏ ਟੌਪ ਤੇ ਆ ਠੀਕ ਹੈ ਸਭ ਤੋਂ ਉੱਪਰ ਬੁੱਛਿਆ ਗਿਆ ਵਾ ਟੌਪ ਤੇ ਕੌਣ ਆ ਯੂਐਸਏ ਜਣ ਕੇ ਅਮਰੀਕਾ ਸੈਕਿੰਡ ਤੇ ਆ ਚੀਨ ਤੇ ਥਰਡ ਤੇ ਆ ਸਾਡਾ ਦੇਸ਼ ਇੰਡੀਆ ਠੀਕ ਹੈ ਤਾਂ ਹੁਣ ਦੇਖੋ ਸਭ ਤੋਂ ਪਹਿਲਾਂ ਟੌਪ ਤੇ ਯੂਐਸਏ ਆ ਯਾਨੀ ਕਿ ਅਮਰੀਕਾ ਤਾਂ ਅਸੀਂ ਗੱਲ ਕਰ ਲੈਨੇ ਆ ਅਮਰੀਕਾ ਦੇ ਬਾਰੇ ਅਮਰੀਕਾ ਦੇ ਹਾਂਜੀ ਅਮਰੀਕਾ ਦੇ ਪ੍ਰੈਜ਼ੀਡੈਂਟ ਕੌਣ ਨੇ ਅਮਰੀਕਾ ਦੇ ਪ੍ਰੈਜ਼ੀਡੈਂਟ ਆ ਜੋ ਬਾਈਡਨ ਇਹਨਾਂ ਦੀਆਂ ਦੋ ਬੁੱਕਸ ਇੰਪੋਰਟੈਂਟ ਆ ਪਹਿਲੀ ਹੈਗੀ ਆ ਪ੍ਰੋਮਿਸ ਟੂ ਕੀਪ ਤੇ ਸੈਕਿੰਡ ਆ ਪ੍ਰੋਮਿਸ ਟੂ ਡੈਡ ਠੀਕ ਹੈ ਸੌਰੀ ਪ੍ਰੋਮਿਸ ਮੀ ਡੈਡ ਤੇ ਪ੍ਰੋਮਿਸ ਟੂ ਕੀਪ ਅਗੇ ਫਿਰ ਵਾਈਸ ਪ੍ਰੈਜ਼ੀਡੈਂਟ ਆ ਕਮਲਾ ਹੈਰਿਸ ਇਹਨਾਂ ਦੀਆਂ ਤਿੰਨ ਬੁੱਕਸ ਇੰਪੋਰਟੈਂਟ ਆ ਸੁਪਰ ਹੀਰੋਜ਼ ਆ एवरीਵੇਅਰ ਦਾ ਟਰੂਥਸ ਵੀ ਹੋਲਡ ਸਮਾਰਟ ਔਨ ਕ੍ਰੈਮ ਅਮਰੀਕਾ ਦੇ ਪੁਰਾਣੇ ਰਾਸ਼ਟਰਪਤੀ ਆ ਡੋਨਾਲਡ 트੍ਰੰਪ ਇਹਨਾਂ ਨੇ ਆਪ ਦਾ ਖੁਦ ਦਾ ਸੋਸ਼ਲ ਮੀਡੀਆ ਐਪ ਟ੍ਰੂਥ ਸੋਸ਼ਲ ਲਾਂਚ ਕੀਤਾ ਅਮਰੀਕਾ ਦੇ ਵਿਦੇਸ਼ ਮੰਤਰੀ ਆ ਐਂਟਨੀ ਬਿਲੰਗਨ ਇਹ ਇੰਡੀਆ ਵੀ ਆਏ ਸੀ ਇੰਡੀਆ ਤੇ ਅਮਰੀਕਾ ਦੇ ਵਿੱਚ ਇੰਪੋਰਟੈਂਟ ਡਿਫੈਂਸ ਐਕਸਰਸਾਈਜ਼ ਹੁੰਦੀਆਂ ਕੋਪ ਇੰਡੀਆ ਵਰਜ ਪਰਹਾਰ ਟਾਈਗਰ 트ੰਪ ਯੁੱਧ ਵਿਆਸ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਇੰਪੋਰਟੈਂਟ ਆ ਯੂਏਈ ਨੂੰ ਪਿੱਛੇ ਛੱਡ ਕੇ ਦੂਸਰਾ ਸਭ ਤੋਂ ਵੱਡਾ ਤੇਲ ਪੂਰਤੀਕਰਤਾ ਬਣਿਆ ਅਮਰੀਕਾ ਇੰਡੀਆ ਦੇ ਲਈ ਦੂਸਰਾ ਸਭ ਤੋਂ ਵੱਡਾ ਜਿਹੜਾ ਮਤਲਬ ਦੂਸਰੇ ਨੰਬਰ ਤੇ ਬਣਿਆ ਵਾ ਅਮਰੀਕਾ ਤੇ ਫਿਰ ਪਹਿਲੇ ਤੇ ਕੌਣ ਆ ਪਹਿਲੇ ਤੇ ਆ ਇਰਾਕ ਅਮਰੀਕਾ ਨੇ ਰੀਸੈਂਟਲੀ ਓਪਨ ਸਕਾਈ ਟ੍ਰੀਟੀ ਨੂੰ ਵੀ ਛੱਡ ਦਿੱਤਾ ਹੈ ਇਨਾ ਤੁਸੀਂ ਯਾਦ ਰੱਖਣਾ ਅਮਰੀਕਾ ਦੇ ਬਾਰੇ ਨੈਕਸਟ ਕੁਐਸਚਨ ਕਿਸ ਰਾਜ ਦੀ ਵਿਧਾਨ ਸਭਾ ਨੇ ਭੀੜ ਹਿੰਸਾ ਅਤੇ ਲਿਚਿੰਗ ਨੂੰ ਰੋਕਣ ਲਈ ਇੱਕ ਬਿੱਲ ਪਾਸ ਕੀਤਾ ਹਾਂਜੀ ਝਾਰਖੰਡ ਦੀ ਵਿਧਾਨ ਸਭਾ ਨੇ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਝਾਰਖੰਡ ਦੀ ਵਿਧਾਨ ਸਭਾ ਨੇ ਭੀੜ ਹਿੰਸਾ ਅਤੇ ਲਿਚਿੰਗ ਨੂੰ ਰੋਕਣ ਦੇ ਲਈ ਇੱਕ ਬਿੱਲ ਪਾਸ ਕੀਤਾ ਵਾ ਠੀਕ ਹੈ ਹੁਣ ਅਸੀਂ ਗੱਲ ਕਰ ਰਹੇ ਹਾਂ ਝਾਰਖੰਡ ਦੀ ਚਾਰਖੰਡ ਦੀ ਕੈਪੀਟਲ ਕੀ ਹੈ ਰਾਂਚੀ ਇਥੋਂ ਦੇ ਚੀਫ ਮਿਨਿਸਟਰ ਕੌਣ ਨੇ ਹਿਮੰਤ ਸੋਰੇਨ ਤੇ ਇਥੋਂ ਦੇ ਗਵਰਨਰ ਕੌਣ ਨੇ ਗਮੇਸ਼ ਬੈਂਸ ਚਾਰਖੰਡ ਵਿੱਚ ਸਰਹੋਲ ਅਤੇ ਰੋਹਣੀ ਤਿਹਾਰ ਮਨਾਏ ਜਾਂਦੇ ਆ ਨੀਲੰਬਰ ਪਿਕੰਬਰ ਜਾਲ ਸਮ੍ਰiddhi ਯੋਜਨਾ ਚਾਰਖੰਡ ਦੇ ਵਿੱਚ ਸ਼ੁਰੂ ਹੋਈ ਚਾਰਖੰਡ ਦੀ ਸੋਰਾਈ ਆਰਟ ਨੂੰ ਜੀਆਈ ਟੈਗ ਮਿਲਿਆ ਬਿਰਸਾ ਹਰਿਤ ਗ੍ਰਾਮ ਯੋਜਨਾ ਚਾਰਖੰਡ ਵਿੱਚ ਹੋਈ ਚਾਰਖੰਡ ਵਿੱਚ ਪਾਰਸਨਾਥ ਵਾਈਲਡਲਾਈਫ ਸੈਂਚਰੀ ਆ ਹਾਜ਼ਿਰਬਾਗ ਵਾਈਲਡਲਾਈਫ ਸੈਂਚਰੀ ਆ ਡਲਮਾ ਵਾਈਲਡਲਾਈਫ ਸੈਂਚਰੀ ਆ ਕੋਡਰਾਮਾ ਵਾਈਲਡਲਾਈਫ ਸੈਂਚਰੀ ਆ ਪੁਲਾਮੂ ਵਾਈਲਡਲਾਈਫ ਸੈਂਚਰੀ ਆ ਪਲਕੋਟ ਵਾਈਲਡਲਾਈਫ ਸੈਂਚਰੀ ਆ ਚਾਰਖੰਡ ਦੇ ਵਿੱਚ ਬੇਤਲਾ ਨੈਸ਼ਨਲ ਪਾਰਕ ਆ ਨੈਕਸਟ ਕੁਐਸਚਨ ਕਿ ਇਸ ਦੇਸ਼ ਨੇ ਸਿਨੇਮੈਟਿਕ ਰਿਲੀਜ਼ਾਂ ਵਿੱਚ ਸੈਂਸਰਸ਼ਿਪ ਖਤਮ ਕਰਨ ਦਾ ਐਲਾਨ ਕੀਤਾ ਹੈ ਹਾਂਜੀ ਰਾਈਟ ਆਨਸਰ ਹੈ অপਸ਼ਨ ਨੰਬਰ ਬੀ ਯੂਏਈ ਨੇ ਸਿਨੇਮੈਟਿਕ ਰਿਲੀਜ਼ਾਂ ਵਿੱਚ ਸੈਂਸਰਸ਼ਿਪ ਖਤਮ ਕਰਨ ਦਾ ਐਲਾਨ ਕੀਤਾ ਇਸ ਵਿੱਚ ਕੀ ਆ 21 ਪਲੱਸ ਦੀ ਇੱਕ 21 ਪਲੱਸ ਦੀ ਇੱਕ ਨਵੀਂ ਕੈਟਾਗਰੀ ਐਡ ਕੀਤੀ ਗਈ ਆ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਤੇ ਜਿਹਦੇ ਵਿੱਚੋਂ ਸੈਂਸਰਸ਼ਿਪ ਖਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਹੁਣ ਅਸੀਂ ਗੱਲ ਕਰ ਰਹੇ ਹਾਂ UAE ਦੀ ਤਾਂ UAE ਦੀ ਪਹਿਲਾਂ ਦਾ ਫੁੱਲ ਫਾਰਮ ਕੀ ਹੈ ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਕਿਉਂਕਿ ਹੁਣ ਤੱਕ ਜਿੰਨੇ ਵੀ ਆਪਾਂ ਕੁਐਸਚਨ ਕੀਤੇ ਆ ਮੈਂ ਤੁਹਾਨੂੰ ਆਲਰੇਡੀ ਦੱਸਦੀ ਆਈਆਂ ਤੇ ਉਮੀਦ ਕਰਦੀ ਆਂ ਜਿਹੜੇ ਵੀ ਸਟੂਡੈਂਟਸ ਵੀਡੀਓ ਨੂੰ ਧਿਆਨ ਨਾਲ ਦੇਖ ਰਹੇ ਨੇ ਜਾਂ ਦੇਖਦੇ ਨੇ ਡੇਲੀ ਤਾਂ ਉਹ ਜ਼ਰੂਰ ਲਿਖਣਗੇ ਹਾਂਜੀ ਇਸ ਤੋਂ ਇਲਾਵਾ UAE ਦੀ ਕੈਪੀਟਲ ਕੀ ਆ ਅਬੂ ਧABI ਤੇ ਇਥੋਂ ਦੀ ਕਰੰਸੀ ਹੈ ਦਿਰਹਮ ਨੈਕਸਟ ਵਰਸ਼ਨ ਕਿਸ ਨੇ ਕਿਤਾਬ ਮਸਾਲੇ ਦੇ ਅੰਕੜੇ ਇੱਕ ਨਜ਼ਰ ਨੂੰ ਜਾਰੀ ਕੀਤਾ ਹਾਂਜੀ ਬੁੱਕ ਦਾ ਨਾਮ ਆ ਸਪਾਈਸ ਸਟੈਟਿਸਟਿਕਸ ਐਟ ਅ ਗਲਾਂਸ ਇਸ ਨੂੰ ਜਾਰੀ ਕਿਸ ਨੇ ਕੀਤਾ ਹੈ ਤਾਂ ਇਸ ਨੂੰ ਜਾਰੀ ਕੀਤਾ ਹੈ ਸਾਡੇ ਕਲਿਆਣ ਕਿਸਾਨ ਕਲਿਆਣ ਮੰਤਰੀ ਨਰਿੰਦਰ ਸਿੰਘ ਟੋਮਰ ਨੇ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਸਬਸਕ੍ਰਿਪਸ਼ਨ ਆਧਾਰਿਤ ਸੋਸ਼ਲ ਮੀਡੀਆ ਪਲੇਟਫਾਰਮ ਸਿਰਫ ਪ੍ਰਸ਼ੰਸਕਾਂ ਦਾ CEO ਕੌਣ ਬਣਿਆ ਹਾਂਜੀ ਸਬਸਕ੍ਰਿਪਸ਼ਨ ਬੇਸਡ ਸੋਸ਼ਲ ਮੀਡੀਆ ਪਲੇਟਫਾਰਮ ਓਨਲੀ ਫੈਨਸ ਕੀ ਨਾਮਾ ਓਨਲੀ ਫੈਨਸ ਤੇ ਇਸ ਦਾ CEO ਕਿਸ ਨੂੰ ਬਣਾਇਆ ਗਿਆ ਹੈ ਤੁਸੀਂ ਇਹ ਨਹੀਂ ਯਾਦ ਰੱਖਣਾ ਇਹਦੇ ਵਿੱਚ ਦੇਖੋ ਪੰਜਾਬੀ ਦੇ ਵਿੱਚ ਅਲੱਗ ਮੀਨਿੰਗ ਬਣ ਰਿਹਾ ਵਾ ਠੀਕ ਹੈ ਪਤਾ ਹੀ ਨਹੀਂ ਲੱਗ ਰਿਹਾ ਕਿ ਕਿਸੇ ਪਲੇਟਫਾਰਮ ਦੀ ਗੱਲ ਹੋ ਰਹੀ ਆ ਤਾਂ ਕਿਉਂਕਿ ਇੱਥੇ ਪੰਜਾਬੀ ਜਿਵੇਂ ਕਹਣਾ ਸਿਰਫ ਪ੍ਰਸ਼ੰਸਕਾ ਉਸ ਕਰਕੇ ਤੇ ਇਹਦਾ ਨਾਮ ਜੇ ਤੁਸੀਂ ਯਾਦ ਰੱਖਣਾ ਵਾ ਪਲੇਟਫਾਰਮ ਦਾ ਕਿਉਂ ਕੀ ਆ? ਓਨਲੀ ਫੈਨਸ ਤਾਂ ਇਸ ਨੇ ਆਪਣਾ ਸੀਈਓ ਕਿਸ ਨੂੰ ਅਪாயint ਕੀਤਾ ਹੈ? ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਬੀ ਅਮਰਾ ਪਾਲੀ ਗੈਨ ਨੂੰ। ਅਮਰਾ ਪਾਲੀ ਗੈਨ ਇਹ ਦੇਖੋ ਇਹਦਾ ਜਿਹੜਾ ਹੈੱਡਕੁਆਰਟਰ ਆ ਓਨਲੀ ਫੈਨਸ ਦਾ ਇਹ ਹੈਗਾ ਲੰਡਨ ਦੇ ਵਿੱਚ। ਅਮਰਾ ਪਾਲੀ ਗੈਨ ਇੰਡੀਆ ਦੀ ਆ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਇੰਡੀਆ ਦੀ ਮਹਿਲਾ ਵਾ ਹੈ ਤੇ ਇਹਨਾਂ ਨੂੰ ਸੀਈਓ ਨਿਯੁਕਤ ਕੀਤਾ ਗਿਆ ਹੈ ਓਨਲੀ ਫੈਨਸ ਦਾ। ਤੇ ਹੁਣ ਦੇਖੋ ਅਸੀਂ ਗੱਲ ਕਰ ਰਹੇ ਹਾਂ ਓਨਲੀ ਫੈਂਸ ਦੀ ਇਹਦੀ ਸ਼ੁਰੂਆਤ ਕਦੋਂ ਹੋਈ 2016 ਦੇ ਵਿੱਚ ਤੇ ਇਹਦਾ ਹੈੱਡਕੁਆਰਟਰ ਕਿੱਥੇ ਹੈ ਲੰਡਨ ਦੇ ਵਿੱਚ ਤੇ ਇਹਦੀ ਸੀਈਓ ਤਾਂ ਇਹੀ ਬਣ ਗਈਆਂ ਕੌਣ ਅਮਰਾਪਾਲੀ ਗੈਣ ਤੇ ਓਨਲੀ ਫੈਂਸ ਇਹ ਤੁਸੀਂ ਯਾਦ ਰੱਖਣਾ ਠੀਕ ਹੈ ਨੈਕਸਟ ਕੁਐਸਚਨ ਬੈਂਕਾਂ ਵਿੱਚ ਡਿਜੀਟਲ ਭੁਗਤਾਨ ਵਿੱਚ ਕਿਹੜਾ ਬੈਂਕ ਸਭ ਤੋਂ ਉੱਪਰ ਰਿਹਾ ਹਾਂਜੀ ਬੈਂਕਾਂ ਦੇ ਵਿੱਚ ਡਿਜੀਟਲ ਭੁਗਤਾਨ ਦੇ ਵਿੱਚ ਸਭ ਤੋਂ ਉੱਪਰ ਰਿਹਾ ਬੈਂਕ ਆਫ ਬਡੋਦਰਾ ਆਪਸ਼ਨ ਨੰਬਰ C ਇਜ਼ ਦਾ ਰਾਈਟ ਆਨਸਰ ਬੈਂਕ ਆਫ ਵਡੋਦਰਾ ਬੈਂਕਾਂ ਵਿੱਚ ਡਿਜੀਟਲ ਭੁਗਤਾਨ ਦੇ ਵਿੱਚ ਟੌਪ ਤੇ ਰਿਹਾ ਵਾ ਠੀਕ ਹੈ ਡਿਜੀਟਲ ਪੇਮੈਂਟ ਅਮੰਗ ਦਾ ਬੈਂਕਸ ਇਹ ਤੁਸੀਂ ਯਾਦ ਰੱਖਣਾ ਤੇ ਬੈਂਕ ਆਫ ਵਡੋਦਰਾ ਦੀ ਗੱਲ ਕਰ ਰਹੇ ਹਾਂ ਤਾਂ ਬੈਂਕ ਆਫ ਵਡੋਦਰਾ ਦੀ ਸਥਾਪਨਾ ਕਦੋਂ ਹੋਈ 1908 ਦੇ ਵਿੱਚ ਇਹਦਾ ਹੈੱਡਕੁਆਟਰ ਕਿੱਥੇ ਆ ਵਡੋਦਰਾ ਦੇ ਵਿੱਚ ਇਹਦੇ ਐਟ ਪ੍ਰੈਜ਼ੈਂਟ ਚੇਅਰਮੈਨ ਕੌਣ ਨੇ ਹਸਮੁਖ ਆਦਿਆ ਨੈਕਸਟ ਕੁਐਸਚਨ ਕਿਸ ਨੇ ਆਪਣੀ ਪਹਿਲੀ ਕਿਤਾਬ ਬੈਚਲਰ ਡੈਡ ਰਿਲੀਜ਼ ਕੀਤੀ ਹੈ ਹਾਂਜੀ ਇਹ ਕਿਤਾਬ ਲਾਂਚ ਕੀਤੀ ਆ ਰਿਲੀਜ਼ ਕੀਤੀ ਆਪਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਤੁਸਾਰ ਕਪੂਰ ਨੇ ਤੁਸਾਰ ਤੁਸਾਰ ਕਪੂਰ ਇੱਕ ਸਿੰਗਲ ਪੇਰੈਂਟ ਆ ਠੀਕ ਹੈ ਤੇ ਇਹਨਾਂ ਨੇ ਇਹ ਬੁੱਕ ਆ ਜਿਹੜੀ ਆਪਣੇ ਬੇਟਾ ਇਹਨਾਂ ਦੇ ਬੇਟੇ ਦਾ ਨਾਮ ਕੀ ਆ ਹਾਂਜੀ ਲਖਸ਼ ਕਪੂਰ ਉਹਨਾਂ ਦੇ ਤੇ ਤੁਸੀਂ ਯਾਦ ਰੱਖਣਾ ਠੀਕ ਹੈ ਆਹ ਤੇ ਲਿਖੀ ਕਿਨੇ ਆ ਬੈਚਲਰ ਡੈਡ ਬੁੱਕ ਦਾ ਨਾਮ ਆ ਤੇ ਲਿਖੀ ਆ ਇਹ ਤੁਸਾਰ ਕਪੂਰ ਨੇ ਹਾਂਜੀ ਨੈਕਸਟ ਕੁਐਸਚਨ ਭਾਰਤ ਨੇ ਏਸ਼ੀਆਈ ਪੁਰਸ਼ਾਂ ਦੀ ਚੈਂਪੀਅਨਸ਼ਿਪ ਟਰੋਫੀ ਵਿੱਚ ਕਿਸ ਦੇਸ਼ ਦੇ ਖਿਲਾਫ ਕਾਂਸੀ ਦਾ ਤਗਮਾ ਜਿੱਤਿਆ ਹੈ ਹਾਂਜੀ ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਠੀਕ ਹੈ ਪਾਕਿਸਤਾਨ ਨੂੰ ਹਰਾ ਕੇ ਏਸ਼ੀਆਈ ਪੁਰਸ਼ਾਂ ਦੀ ਚੈਂਪੀਅਨਸ਼ਿਪ ਟਰੋਫੀ ਦੇ ਵਿੱਚ ਕਾਂਸੀ ਦਾ ਮੈਡਲ ਜਿੱਤਿਆ ਵਾ ਇਹ ਵੀ ਤੁਸੀਂ ਯਾਦ ਰੱਖਣਾ ਤੇ ਹੁਣ ਦੇਖੋ ਅਮ ਏਸ਼ੀਆਨ ਮੈਨਸ ਚੈਂਪੀਅਨਸ਼ਿਪ ਇਹ ਹੋ ਕਿੱਥੇ ਰਹੀ ਹੈ ਇਹ ਬੰਗਲਾਦੇਸ਼ ਦੇ ਵਿੱਚ ਹੋਈ ਆ ਤੇ ਭਾਰਤ ਨੇ ਇਹਦੇ ਵਿੱਚ ਕਿਹੜਾ ਮੈਡਲ ਜਿੱਤਿਆ ਕਾਂਸੀ ਦਾ 골ਡ ਦਾ ਕਿਹਨੇ ਜਿੱਤਿਆ ਵਾ ਦੱਖਣੀ ਕੋਰੀਆ ਨੇ ਠੀਕ ਹੈ ਸਾਊਥ ਕੋਰੀਆ ਨੇ 골ਡ ਦਾ ਜਿੱਤਿਆ ਵਾ ਜਾਪਾਨ ਨੇ ਸਿਲਵਰ ਦਾ ਜਿੱਤਿਆ ਵਾ ਤੇ ਭਾਰਤ ਨੇ ਬ੍ਰਾਉਂਜ਼ ਦਾ ਜਿੱਤਿਆ ਵਾ ਨੈਕਸਟ ਹਾਂਜੀ ਤੁਸੀਂ ਦੇਖ ਸਕਦੇ ਹੋ ਇਸ ਕੁਐਸਚਨ ਦਾ ਆਪਸ਼ਨ ਨੰਬਰ ਸੀ ਆਪਸ਼ਨਸ ਮੈਂ ਤੁਹਾਨੂੰ ਐਡ ਕਰ ਦਿੱਤੀਆਂ ਆ ਆਪਸ਼ਨ ਕਿਉਂ ਐਡ ਕੀਤੀਆਂ ਤਾਂ ਜੋ ਟੈਲੀਗ੍ਰਾਮ ਤੋਂ ਜਾ ਕੇ ਜਿਹੜੇ ਵੀ ਸਟੂਡੈਂਟ ਟੈਲੀਗ੍ਰਾਮ ਚੈਨਲ ਦੇ ਵਿੱਚ ਜਾ ਕੇ ਪੀਡੀਐਫ ਲੈਂਦੇ ਨੇ ਉਹਨਾਂ ਦੇ ਲਈ ਆਪਸ਼ਨਸ ਐਡ ਕੀਤੀਆਂ ਜਾਂਦੀਆਂ ਨੇ ਇੱਥੇ ਠੀਕ ਹੈ ਨਹੀਂ ਤਾਂ ਕੋਈ ਸਾਨੂੰ ਲੋੜ ਨਹੀਂ ਸੀਗੀ ਆਪਸ਼ਨਸ ਐਡ ਕਰਨ ਦੀ ਤਾਂ ਹਾਂਜੀ ਇਸ ਦੇ ਨਾਲ ਹੀ ਜਿਹੜੇ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰਾਮ ਚੈਨਲ ਤੇ ਵਿਜ਼ਿਟ ਕਰਕੇ ਵੀਡੀਓ ਦਾ ਪੀਡੀਐਫ ਲੈ ਸਕਦੇ ਨੇ ਟੈਲੀਗ੍ਰਾਮ ਚੈਨਲ ਦਾ ਲਿੰਕ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਜਾਵੇਗਾ ਤੇਸ ਦੇ ਨਾਲ ਹੀ ਅੱਜ ਦੀ ਸਾਡੀ ਇਹ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ